ਜੀ ਪਿਆਰੇ ਦੋਸਤੋ ਚੀਤਾ ਦੀ ਨਾਂ ਅਸਰ ਆ ਤੁਸੀਂ ਦਮਾਂਦਾ ਕੀਤਾ ਹੈ ਤੇ ਉਹਦਾ ਪ੍ਰਾਤੀਕਾ ਜਰਾ ਨੂੰ ਕੰਟਰੋਲ ਕਰਨਾ ਹੋਵੇ ਠੀਕ ਹੈ ਪਰ ਮੈਸਰਦੀ ਸਰਜੋਰ ਨੂੰ ਅਗਰ ਅਪਲਾਈ ਕੀਤੀ ਉਹਦਾ ਪ੍ਰਾਤੀਕਾ ਦੇਖਣਾ ਹੈ ਫਲੂਸੀ ਇਮੀਗਰੇ ਇਮੀਗ੍ਰੇਸ਼ਨ ਹੈ ਅਗਰ ਤੁਸੀਂ ਅਪਲਾਈ ਕੀਤੀ ਉਹਨੂੰ ਦੇਖਣਾ ਹੈ ਘਾਰਤਾ ਦਿਨਤੀਤਾ ਠੀਕ ਹੈ ਪਾਸਪੋਰਟ ਉਹ ਵੈਬਸਾਈਟ ਹੈ ਜੀ ਮੰਤਰੀਓ ਦੇ ਲਈ ਇੰਟਰਨ ਅੱਧੇ ਉੱਪਰ ਆ ਕੇ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਅੱਛਾ ਮੇਰੇ ਦੋਸਤੋ ਤੁਸੀਂ ਕੀ ਕਰਨਾ ਜੀ ਆਪਣਾ ਮੈਂ ਬੈਕ ਚਲਾ ਜਾਣਾ ਗੂਗਲ ਓਪਨ ਕਰ ਲੈਣਾ ਤੇ ਤੁਹਾਨੂੰ ਬਿਲਕੁਲ ਤਰੀਕਾ ਕਰ ਦੱਸ ਦੇਣਾ ਆ ਦੇਖੋ ਮੈਂ ਗੂਗਲ ਤੇ ਆਨਾ ਮინისტრੋ ਦੇ ਲਈ ਇੰਟਰਨੋ ਮინისტრੋ ਦੇ ਲਈ ਇੰਟਰਨੋ ਲਿਖਣਾ ਤੁਸਾਂ ਠੀਕ ਹੈ ਤੇ ਇਹ ਦੇਖੋ ਇਹ ਪਹਿਲੀ ਵੈਬਸਾਈਟ ਹੈ ਤੇ ਤੇ ਦੇਖੋ ਅਗਰ ਤੁਸੀਂ ਚਿਤਾ ਦੀ ਨਾਨਸਾ ਆਪਣਾ ਦੇਖਣਾ ਨਾ ਤੇ ਚਿਤਾ ਦੀ ਨਾਨਸਾ ਕਨਸਲਤਾ ਲਾ ਪ੍ਰਾਤਿਕਾ ਇਹਦੇ ਉੱਪਰ ਕਲਿੱਕ ਕਰੋਗੇ ਡਾਇਰੈਕਟ ਉਸ ਪੇਜ ਦੇ ਉੱਪਰ ਚਲੇ ਜਾਓਗੇ ਜਿੱਥੋਂ ਅਸੀਂ ਚਿਤਾ ਦੀ ਨਾਨਸਾ ਦੇਖ ਸਕਨੇ ਹਾਂ ਲੇਕਿਨ ਇਹਨੂੰ ਮੈਂ ਫਿਲਹਾਲ ਨਹੀਂ ਕਰਦਾ ਇਹ ਦੇਖੋ ਮੈਂ ਇਹਦੀ ਮੇਨ ਵੈਬਸਾਈਟ ਜਿਹੜੀ ਹੈ ਨਾ ਇਹਨੂੰ ਓਪਨ ਕਰਨਾ ਠੀਕ ਹੈ ਆਪਨ ਹੋ ਗਈ ਜੀ ਵੈਬਸਾਈਟ ਉਸ ਤੋਂ ਬਾਅਦ ਕੀ ਕਰਾਂਗੇ ਉਸ ਤੋਂ ਬਾਅਦ ਇੱਥੇ ਮੈਨੂ ਦੀ ਆਪਸ਼ਨ ਹੈ ਮੈਨੂ ਦੇ ਉੱਪਰ ਕਲਿੱਕ ਕਰਾਂਗੇ ਤੇ ਸਰਵਿਸੀ ਠੀਕ ਹੈ ਮੈਨੂ ਤੇ ਕਲਿੱਕ ਕਰਨ ਤੋਂ ਬਾਅਦ ਸਰਵਿਸੀ ਤੇ ਆਣਾ ਠੀਕ ਹੈ ਜੂਨ ਸਰਵਿਸੀ ਤੇ ਕਲਿੱਕ ਕੀਤਾ ਇੱਥੇ ਦੇਖੋ ਅਗੋਂ ਮਜ਼ੀਦਾ ਆਪਸ਼ਨ ਆ ਗਈਆਂ ਨੇ ਇੱਥੇ ਸਰਵਿਸੀ ਆਨਲਾਈਨ ਇਹਦੇ ਉੱਪਰ ਮੇਰੇ ਦੋਸਤੋ ਕਲਿੱਕ ਕਰ ਦੇਣਾ ਠੀਕ ਹੈ ਸਰਵਿਸੀ ਆਨਲਾਈਨ ਜੇ ਦੋ ਦੇ ਉੱਪਰ ਕਲਿੱਕ ਕਰਾਂਗੇ ਤੇ ਇਹ ਪੇਜ ਆ ਜਾਏਗਾ ਜਿਹੜਾ ਮੈਂ ਸਟਾਰਟ ਤੇ ਤੁਹਾਨੂੰ दिखाया पहले नंबर जी अपना चिता दानसा कंट्रोल करना हो इस लिंक के उ जरा पहला एदर क्लिक करा ठीक है उसद इतना आ एक छोटा जहा बन वाई एल सवि एपर क्लिक कर देंगे जो ही दे उपर क्लिक करेंगे ए पेज आ गया ठीक है इतना मेरे दोस्तों तुम स्पेद आई डी लॉग इन कर लेना यह देखो मैं करके दिखा दिना एंतराकोन स्पीद एंतराकोन स्पिद ठीक है जी तो इतों में मेरी स्पेद आईडी जी है जी पोस्टर जरिए वे ਠੀਕ ਹੈ ਤੇ ਆਟੋਮੈਟਿਕ ਅੱਗੇ ਮੈਂ ਲੌਗਇਨ ਕੀਤੀ ਸੀ ਜਿੱਦੀ وجہ ਦੇ ਨਾਲ ਨਾ ਡਾਇਰੈਕਟ ਓਪਨ ਹੋ ਗਿਆ ਹੁਣ ਦੇਖੋ ਮੈਨੂੰ ਤੇ ਜੇ ਆਪਣਾ 10 ਸਾਲ ਨਹੀਂ ਹੋਇਆ ਨਾ ਹੀ ਮੈਂ ਅਪਲਾਈ ਕੀਤਾ ਠੀਕ ਹੈ ਤੇ ਇੱਥੇ ਦੇਖੋ ਮੇਰਾ ਕੋਈ ਰਿਕਾਰਡ ਨਹੀਂ ਹੈ ਲੇਕਿਨ ਇੱਥੇ ਅਗਰ ਤੁਹਾਡਾ ਕੋਈ ਇਸ਼ੂ ਹੈ ਜਾਂ ਕੋਈ ਵੀ ਆਪਣਾ ਪ੍ਰੋਸੈਸ ਤੁਹਾਡਾ ਜਿੱਥੇ ਤੱਕ ਪਹੁੰਚਿਆ ਤੁਹਾਨੂੰ ਇੱਥੇ ਨਾ ਨੀਚੇ ਮੈਸੇਜ ਆ ਜਾਂਦੇ ਨੇ ਠੀਕ ਹੈ ਉਹ ਤੁਸੀਂ ਆਪਣਾ ਪੜਨੇ ਹੁੰਦੇ ਨੇ ਟਾਈਮ ਤੋਂ ਟਾਈਮ ਇਹ ਆਪਣਾ ਇਸ ਟਾਈਮ ਕੁਝ ਡਾਕੂਮੈਂਟ ਤੇ ਨਹੀਂ ਮੰਗਦੇ ਕੋਈ ਅਸਰਾਂ ਦਾ ਚੱਕਰ ਤੇ ਨਹੀਂ ਇਹ ਤੇ ਮੈਸੇਜ ਜਿਹੜੇ ਨੇ ਉਹ ਤੁਸਾਂ ਰੀਡ ਕਰਨੇ ਹੁੰਦੇ ਨੇ ਜਦੋਂ ਵੀ ਸੈਂਡ ਕਰਦੇ ਨੇ ਠੀਕ ਹੈ ਦੋਸਤੋ ਉਸ ਤੋਂ ਬਾਅਦ ਜੀ ਬੈਕ ਚੱਲਨੇ ਆ ਠੀਕ ਹੈ ਇੱਥੇ ਜੀ ਪਰਮੇਸ਼ਰ ਦੇ ਸਜੋਰ ਨੂੰ ਕੰਟਰੋਲ ਉਪਰ ਆਤੀ ਕਹਦੇ ਉੱਪਰ ਕਲਿੱਕ ਕਰਨੇ ਆ YL ਸਰਵਿਸ ਦੇ ਉੱਪਰ ਕਲਿੱਕ ਕਰਾਂਗੇ ਠੀਕ ਹੈ ਦੇਖੋ ਆਟੋਮੈਟਿਕ ਜਿਹੜਾ ਨਾ ਹੈ ਤੁਹਾਨੂੰ ਕਸੂਰੇ ਦੀ ਵੈਬਸਾਈਟ ਤੇ ਲਾਇਆ ਸਤਾਤ ਦੀ ਪੁਲਿਸਿਆ ਦੇ ਠੀਕ ਹੈ ਇੱਥੇ ਤੁਸੀਂ ਆ ਕੇ ਤੇ ਆਪਣਾ ਉਹਦਾ ਅਸ਼ੁਕਰਤਾ ਨੰਬਰ ਹੁੰਦਾ ਵੇ ਉਹ ਤੁਸੀਂ ਇੱਥੇ ਸੈੱਟ ਕਰੋ ਤੇ ਇਨਵਿਆ ਕਰੋ ਤੇ ਆਪਣਾ ਤੁਹਾਨੂੰ ਪਤਾ ਲੱਗ ਜਾਏਗਾ ਉਸ ਤੋਂ ਬਾਅਦ ਮੈਂ ਬੈਕ ਚਲਣਾ ਜੀ ਫਲੂਸੀ ਮਿਗ੍ਰੇਸ਼ਨ ਹੈ ਠੀਕ ਹੈ ਇਹਦੇ ਉੱਪਰ ਕਲਿੱਕ ਕਰੋ ਤੇ ਇੱਥੇ YL ਸਰਵਿਸ ਦੇ ਉੱਪਰ ਕਲਿੱਕ ਕਰੋ ਠੀਕ ਹੈ ਤੇ ਐਸ ਤਰ੍ਹਾਂ ਦਾ ਭੇਜ ਆ ਜਾਏਗਾ ਇੱਥੇ ਹੁਣ ਤੁਸੀਂ ਫੇਰ ਕੀ ਕਰਨਾ ਜੀ ਫੇਰ ਤੁਸੀਂ ਇੱਥੇ ਸਪਿਦ ਡਾਈਰ ਦੇ ਨਾਲ ਇਹਨੂੰ ਲੌਗਇਨ ਕਰਨਾ ਐਸ ਸਾਈਟ ਤੇ ਆਪਸ਼ਨ ਬਣੀ ਹੈ ਇੰਤਰਾਕੁਨ ਸਪਿਦ ਉਸ ਤੋਂ ਬਾਅਦ ਇੰਤਰਾਕੁਨ ਸਪਿਦ ਪੋਸਟੇ ਠੀਕ ਹੈ ਜੀ ਤੇ ਆਟੋਮੈਟਿਕ ਅੱਗੇ ਲੌਗਇਨ ਹੋਈਏ ਜਿੱਦੀ ਵਜ੍ਹਾ ਨਾਲ ਉਹਨਾ ਦੇਖੋ ਇੱਥੇ ਆਪਣਾ ਹੁਣ ਲੇਮੀਏ ਪ੍ਰਾਤੀਕੇ ਆਹ ਦੇਖੋ ਲੇਮੀਏ ਪ੍ਰਾਤੀਕੇ ਠੀਕ ਹੈ ਇਹਦੇ ਉੱਪਰ ਕਲਿੱਕ ਕਰ ਦਾਂਗੇ ਠੀਕ ਹੈ ਸਟੋਰੀ ਕੋ ਦਮਾਂਦੇ ਅਦੋਂ ਇੱਥੇ ਆ ਕੇ ਤੁਸੀਂ ਆਪਣਾ ਜਿਹੜਾ ਨਾ ਉਹ ਕੰਟਰੋਲ ਕਰ ਸਕਦੇ ਕੋ ਨਹੀਂ ਉਹ ਮੇ ਰਿੱਕੇ ਦੇਂਦੇ ਯਾਨੀ ਕਿ ਆਪਣਾ ਜਿਹੜਾ ਨਾ ਮਾਲਕੇ ਰਵੇ ਯਾਨੀ ਕਿ ਅਪਲਾਈ ਕਿਨੇ ਕੀਤਾ ਵੇ ਤੇ ਇੱਥੇ ਜਿਹੜਾ ਨਾ ਲਵੋਰਾ ਤੋੜੇ ਰਿੱਕੇ ਦੇਂਦੇ ਉਹ ਹੁੰਦਾ ਹੈ ਕਿ ਜਿਹੜਾ ਨਾ ਆਪਣਾ ਜਿਵੇਂ ਇੱਕ ਮਾਲਕ ਹੁੰਦਾ ਵੇ ਜਾਂ ਜਿਹੜਾ ਬੰਦਾ ਮੇਨ ਅਗੇ ਅਪਲਾਈ ਕਰਦਾ ਹੁੰਦਾ ਨਾ ਉਹਨੂੰ ਰਿੱਕੇ ਦੇਂਦੇ ਕਹਿੰਦੇ ਨੇ ਠੀਕ ਹੈ ਹੁਮਜ਼ਾਲ ਤੌਰ ਤੇ ਮੈਂ ਇਮੀਗ੍ਰੇਸ਼ਨ ਅਪਲਾਈ ਕੀਤੀ ਤੇ ਮੈਂ ਕਿਸਰੇ ਥਰੂ ਕਰਾਈ ਉਹ ਜਿਹੜਾ ਕੋਈ ਦੂਸਰਾ ਬੰਦਾ ਨਾ ਜਿਹਦੇ ਥਰੂ ਮੈਂ ਕਰਵਾਈ ਉਹਨੂੰ ਕਹਿੰਦੇ ਜੀ ਰਿਕੀਏ ਦੇਣ ਤੇ ਠੀਕ ਹੈ ਤੇ ਇੱਥੇ ਉਹਦਾ ਕਨਿਓਮੇ ਇੱਥੇ ਉਹਦਾ ਨੋਮੇ ਇੱਥੇ ਇੱਥੇ ਤੁਸੀਂ ਆਪਣਾ ਲੋਵਰਾ ਤੋਰੇ ਠੀਕ ਹੈ ਜੀ ਕਨਿਓਮੇ ਲੋਵਰਾ ਤੋਰੇ ਇੱਥੇ ਨੋਮੇ ਲੋਵਰਾ ਤੋਰੇ ਤੇ ਇੱਥੇ ਉੱਪਰ ਆਪਣਾ ਜਿਹੜਾ ਨਾ ਫਿਲਹਾਲ ਇੱਥੇ ਆਪਸ਼ਨ ਨਾ ਨਹੀਂ ਆ ਰਹੀਆਂ ਸਮਝ ਲਾ ਗਈ ਦੋਸਤੋ ਉਸ ਤੋਂ ਬਾਅਦ ਜੀ ਮੈਂ ਫੇਰ ਬੈਕ ਚਲਣਾ ਹੋਰ ਦੇਖ ਲੈਣੇ ਤੇ ਕਿਹੜਾ ਕੋਈ ਪ੍ਰੋਸੈਸ ਹੈ ਕਿਰੀ ਕੋਈ ਚੀਜ਼ ਰਹਿੰਦੀ ਹੈ ਜੀਤੇ ਦੋਸਤੋ ਆਪਣਾ ਚਿਤਾ ਦੀ ਨਾਨਸਾ ਵੀ ਹੋ ਗਿਆ ਪਰਮੇਸ਼ਰ ਸਚੋਰਨੋ ਵੀ ਹੋ ਗਿਆ ਫਲੂਸੀ ਮਿਗ੍ਰੇਸ਼ਨੋ ਵੀ ਹੋ ਗਈ ਤੇ ਆਪਣਾ ਮਜ਼ੀਦ ਆਪਸ਼ਨ ਆਨੇ ਪਾਸਾ ਪੋਰਟਲ ਇਲੈਕਟ੍ਰੋਨਿਕ ਤੇ ਸਾਰੀਆਂ ਆਪਸ਼ਨਾਂ ਨੇ ਠੀਕ ਹੈ ਇਤੋ ਆ ਕੇ ਅਗਰ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਤੇ ਮੈਂ ਹੁਣ ਕੱਲੀ ਕੱਲੀ ਦੱਸਣ ਲੱਗਾ ਤਾਂ ਮੇਰੇ ਦੋਸਤੋ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਠੀਕ ਹੈ ਮੈਂ ਸਿਰਫ ਆਖਿਆ ਕਿ ਇੱਕ ਛੋਟੀ ਜੀ ਸ਼ਾਰਟ ਵੀਡੀਓ ਬਣਾ ਦਿਆਂ ਕਿ ਜਿਹਦੇ ਵਿੱਚ ਤੁਸੀਂ ਇੱਕ ਹੀ ਜਗ੍ਹਾ ਤੋਂ ਤੁਹਾਨੂੰ ਕਾਫੀ ਜ਼ਿਆਦਾ ਚੀਜ਼ਾਂ ਦੇ ਰਹੇ ਹਨ ਤੁਹਾਨੂੰ ਇਹਨਾਂ ਦਾ ਪਤਾ ਚੱਲ ਜਾਵੇ ਠੀਕ ਹੈ ਤਾਂ ਉਮੀਦ ਕਰਨਾ ਦੋਸਤੋ ਵੀਡੀਓ ਚੰਗੀ ਲੱਗੀ ਹੋਏਗੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਜ਼ਮੀ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਤੇ ਲਾਜ਼ਮੀ ਕਲਿੱਕ ਕਰ ਲਿਓ ਜੀ ਆਜ਼ਾਦ ਹੋ ਆਪਣੇ ਸ ਵੀਰ ਨੂੰ ਇਨਸ਼ਾਅੱਲਾ ਮਿਲਣਾ ਨਵੀਂ ਵੀਡੀਓ ਦੇ ਵਿੱਚ ਜੀ ਰੱਬ ਰੱਖਾ